सब की गल होगी? बुखार हो गया। फिर क्या बुखार हो गया? इन्हें दिल के छड़ा होया? डॉक्टर कहंदा सेल कट गए। ओह नो, ये सेल कट गए? बकरी दा दुध पीना सी? सारा मोहाली छांट मारिया, कितों बकरी दा दुध नहीं मिलिया। चन्नी साहब बुआ खड़काया? खड़किया नूं होर की खड़कावां। ए सोच के मैं उन्हां दे घरे फोन कीता कि चन्नी साहब घर ने, कहंदे उह तां वांडे गए ने, तुसीं कम्म दस्सो। पुराना सीएम चन्नी, बकरी वाला चन्नी, बकरी दा दुध कटण वाला चन्नी। एक गल दुनिया च बड़ी ज़्यादा मशहूर है कि पंजाबियों नू कोई ना कोई गल लभनी चाहिए है। अज की वीडियो बड़ी ज़्यादा फनी जे, तो बड़ी हैरान वाली वीडियो जे। पहले आप वीडियो देने तो फिर आप गल कर रहे हैं। वट्सअप आते हैं, इंस्टाग्राम आते हैं, फेसबुक आते हैं। फेसबुक से मेरे पेज में लाइक करो, वट्सअप से मैं मजीद इदा दी वीडियो सेंड करो। 100 वीडियो स्टार्ट करिए। गो भला साहब, अज इलेक्शन का रिजल्ट आ रहा। आ रहा तुम्हें घबराहट जी नहीं हो रही? क्यों घबराहट, उन्होंने मैं पेपर दते हुए एवं मोक मार गए। जे कि हौसला करके यार इलेक्शन लड़ दे, अज पक्का वजीर बनते। काका जी, वजीर बन बाद जदों वजीरियां खुसदियां ने ना, फिर एक बारी तो कल जो धू पैंदी आ। गल तुहाड़ी सही आ, हारन वाले ना हुंदी बहुत माड़ी आ। इन्नी माड़ी वजीर नाल नहीं हुंदी जिन्नी उहदी घरवाली नाल हुंदी आ। उह क्यों? लोकी टिचरां करनो नहीं हटदे। हाय 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 हाय, विचारी राती सुती वजीर नाल, सवेरे उठी फकीर नाल। जल्दी कमेंट कर दसना कि अज कौन बन रहे ने, वजीर तो फकीर ते फकीर तो वजीर। भला ही मुबारक, अपना कलाकार भरा सीएम बन जा रहा। देख लो शर्मा जी, मस्करा ही समझते सी, पर पता उदों दा क्या, जदों भगाने पुत ने सारे वड्डे वड्डे वजीरां नूं मुंह ते पाता। आई सल्यूट भगवान का। भला जी, चढ़दे सूरज नूं सारे सलामा करदे आ। बंदा असलो हुंदा जिहड़ा हारदियां नूं वी तरवासा देवे। तुहानूं तां सारे प्यार करदे आ, तुहानूं घट्टो घट्ट इक फोन वीर सुखवीर नूं जरूर करना चाहीदा सी। लो, उह तां मैं कदों दा करता। की बोले? बोलना की सी, चढ़दी कला च ने। मैं कहा भाजी, ਭਾਣਾ ਵੱਧ ਕਿਵੇਂ ਗਿਆ? ਕਹਿੰਦੇ ਭੱਲਾ ਜੀ, ਅਸਲ 'ਚ ਅਸੀਂ ਇਹ ਗਲਤ ਸਮਝ ਬੈਠੇ। ਲੋਕ ਬਦਲ ਚਾਹੁੰਦੇ ਸੀ, ਅਸੀਂ ਬਾਦਲ ਸਮਝ ਬੈਠੇ। ਸੋ ਆਪਣੀ ਸਮਝ ਮੁਤਾਬਕ ਇਸ ਉਮਰੇ ਅਸੀਂ ਪਾਪਾ ਜੀ ਖੜੇ ਕਰਤੇ, ਪਰ 15 ਦੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ। ਮੰਨਿਆ ਜਿੱਤ ਹਾਰ ਤਾਂ ਬਣੀ ਹੋਈ ਆ, ਪਰ ਹਰ 2-2 ਮਿੰਟ ਬਾਅਦ ਭੈੜੇ ਭੈੜੇ ਮੈਸੇਜ ਕਰੀ ਜਾਂਦੇ ਆ। ਮੈਂ ਕਿਹਾ ਜੀ ਕਿਹੜੇ? ਕਹਿੰਦੇ ਗੰਭੀ ਔਲਾਦ, ਨਾ ਲੰਬੀ ਨਾ ਜਲਾਲਾ ਬਾਦੇ। ਕੀ ਬਣੀ? ਹਾਂਜੀ ਵੀਰ ਜੀ, ਜੋ ਹੋਣਾ ਸੀ ਹੋ ਗਿਆ। ਹੁਣ ਡਰ ਡੇ ਕੇ ਕਿਹਦਾ ਜ਼ੋਰ? ਸੇਫਟੀ ਪਲੀਜ਼, ਨੋ ਮੋਰ, ਨੋ ਮੋਰ, ਨੋ ਮੋਰ। ਸੀਐਮ ਮਾੜੇ ਆ ਗਏ। ਜਦੋਂ ਸਾਰ ਸਤੀ ਚਲਦੀ ਹੋਵੇ ਨਾ, ਤਾਂ ਆਂਦੇ ਆ 12 ਕੋਹ ਤੇ ਦੀਵਾ ਜਗਦਾ। ਪਰ ਜ਼ਾਲਮਾਂ ਨੇ ਤਾਂ ਹੱਥੀ ਖੜੇ ਕਰਾਤੇ, 12 ਤਾਂ ਕੀ 32 ਕੋਹ ਵੀ ਟਪਾਤੇ। ਵੀਰ ਜੀ, ਇਹ ਦੀਵਾ ਬਲਿਆ ਕਿਹੜੇ ਕਿਹੜੇ ਪਾਸੇ? ਮਜੀਠੇ, ਬੰਗੇ ਤੇ ਮੁੱਲਾਪੁਰ ਦਾਖੇ। ਵੈਰੀ ਸੈਡ। ਵੈਰੀ ਸੈਡ ਨਹੀਂ ਕਹਿਣਾ। ਪਰ ਕਿਉਂ ਵੀਰ ਜੀ? ਜਦੋਂ ਕੋਈ ਵੈਰੀ ਸੈਡ ਕਹਿ ਕੇ ਮੇਰੇ ਨਾਲ ਕਰਦਾ ਅਫਸੋਸ ਦੀ ਗੱਲ, ਮੈਨੂੰ ਇੰਝ ਲੱਗਦਾ ਜਿਵੇਂ ਕਹਿ ਰਿਹਾ ਹੋਵੇ ਵਿਚਾਰਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ। ਐਕਸਕਿਊਜ਼ ਮੀ, ਮੇਰੇ ਦੂਜੇ ਫੋਨ ਤੇ ਕਾਲ ਆ ਰਹੀ ਹੈ। ਬੰਦ ਕਰੇ ਰਿੰਗਟੋਨ। ਹੁਣ ਹੋਰ ਕਿਹੜੀ ਲਾਈ ਹੈ ਵੀਰ ਜੀ? ਲਾ ਦਿਓ। ਜਾਂਦਾ ਏ ਜਾਂਦਾ ਏ। ਲੈ ਸਭ ਕੀ ਗੱਲ ਹੋ ਗਈ? ਬੁਖਾਰ ਹੋ ਗਿਆ। ਫਿਰ ਕੀ ਬੁਖਾਰ ਹੋ ਗਿਆ? ਇਹਨੇ ਦਿਲ ਕਿ ਛੱਡਿਆ ਹੋਇਆ? ਡਾਕਟਰ ਕਹਿੰਦਾ ਸੈੱਲ ਘਟ ਗਏ। ਓ ਨੋ, ਜੇ ਸੈੱਲ ਘਟ ਗਏ, ਬੱਕਰੀ ਦਾ ਦੁੱਧ ਪੀਣਾ ਸੀ? ਸਾਰਾ ਮੋਹਾਲੀ ਛਾਂਟ ਮਾਰਿਆ, ਕਿਤੋਂ ਬੱਕਰੀ ਦਾ ਦੁੱਧ ਨਹੀਂ ਮਿਲਿਆ। ਚੰਨੀ ਸਾਹਿਬ ਬੁਆ ਖੜਕਾਇਆ? ਖੜਕਿਆ ਨੂੰ ਹੋਰ ਕੀ ਖੜਕਾਵਾਂ। ਇਹ ਸੋਚ ਕੇ ਮੈਂ ਉਹਨਾਂ ਦੇ ਘਰੇ ਫੋਨ ਕੀਤਾ ਕਿ ਚੰਨੀ ਸਾਹਿਬ ਘਰ ਨੇ, ਕਹਿੰਦੇ ਉਹ ਤਾਂ ਵਾਂਡੇ ਗਏ ਨੇ, ਤੁਸੀਂ ਕੰਮ ਦੱਸੋ। ਮੈਂ ਕਿਹਾ ਗੜ ਦੀ ਇੱਕ ਬੱਕਰੀ ਦਾ ਦੁੱਧ ਚਾਹੀਦਾ ਸੀ, ਮੇਰੇ ਸੈੱਲ ਘਟ ਗਏ। ਓ ਨੋ, ਤੁਹਾਨੂੰ ਕਿੱਥੋਂ ਬੱਕਰੀ ਦਾ ਦੁੱਧ ਦੇ ਦੀ? ਉਹਨਾਂ ਦੀ ਤਾਂ ਆਪਣੀ ਬੈਟਰੀ ਵੀ ਕੋਈ ਪਈ ਆ। ਮੈਂ ਕਿਹਾ ਚੰਨੀ ਸਾਹਿਬ ਗਏ ਕਿੱਥੇ ਨੇ? ਕਹਿੰਦੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਟੈਂਟ ਲਾਉਣ ਗਏ ਨੇ, ਬੋਲੋ ਤਾਰਾ ਦਾ। झाड़ू फेरना इनी गल गरीब दे सुन फेरता। कहते खबरदार जी, अज तो बाद घर च किसी पासे झाड़ू फेरिया, जो भी फेरना डायरेक्ट पोचा फेरना। फिर नौकर की कहता? कहना जी फेरिया तो हर पासे पोचा ही है, जे तुसी महसूस करो तो। ਫਿਰ ਵੀਰ ਸੁਖੀਰ ਨੇ ਕੀ ਮਹਿਸੂਸ ਕੀਤਾ? ਆਹੀ ਕਿਹਦੇ ਨਾਲ ਤਾਂ ਜਸਵਿੰਦਰ ਭੱਲਾ ਚੰਗਾ, ਘੱਟੋ ਘੱਟ ਪੋਚੇ ਤਾਂ ਮਿੱਠੇ ਮਾਰਦਾ,
ਭਗਵੰਤ ਨੇ ਤਾਂ ਆਤੀ ਕਰਾ ਦੀ ਇਹੋ ਜਿਹੇ ਖੱਟੇ ਪੋਚੇ ਮਾਰੇ ਸਾਰੇ ਪੰਜਾਬੀਆਂ ਦੇ ਸਾਡੇ ਪ੍ਰਤੀ ਮਾਨੀ ਖੱਟੇ ਕਰਾ ਤੇ ਬੋਲੋ ਤਾਰਾ ਵਾ ਯਾਰ ਕਿਆ ਟੈਲੈਂਟ ਕਮਾਲ ਦਾ ਹਾਂਜੀ ਬੱਚਾ ਚੰਨੀ ਹੈਲੋ ਬਾਬਾ ਜੀ ਡੁੱਬਿਆ ਐਮਐਲਏ ਨਰੇਸ਼ ਕਥੂਰੀਆ ਬੋਲਦਾ ਸੀਗਾ ਜੀ ਬੋਲ ਬੱਚਾ ਉਹਨਾਂ ਮਾਨ ਸਾਹਿਬ ਦੀ ਕੁੰਡਲੀ ਪੜਵਾਉਣੀ ਸੀ ਕੁੰਡਲੀ ਪੜਾਉਣ ਦਾ ਵਕਤ ਤਾਂ ਲੰਘ ਚੁੱਕਿਆ ਜੇ ਕੁੰਡਲੀ ਪੜਵਾਉਣੀ ਆ ਤਾਂ ਬੋਲ ਬੱਚਾ ਜੀ ਮੇਰਾ ਮਤਲਬ ਉਹਦੇ ਉਜਵਲ ਭਵਿੱਖ ਬਾਰੇ ਕੋਈ ਭਵਿੱਖਬਾਣੀ ਕਰਾਉਣੀ ਆ ਤਾਂ ਬੋਲ ਬੱਚਾ ਮਾਨਯੋਗ ਭਗਵੰਤ ਮਾਨ ਸੀਐਮ ਦੀ ਕੁਰਸੀ ਤੇ ਕਿੰਨਾ ਕੁ ਟਾਈਮ ਬੈਠੂ ਕਿੰਨਾ ਕੁ ਚਿਰ ਬੈਠੂਗਾ ਕਿ ਨਹੀਂ ਬੈਠੂਗਾ ਇਹ ਤਾਂ ਨਹੀਂ ਪਤਾ ਪਰ ਸਾਰੀਆਂ ਪਾਰਟੀਆਂ ਦੀਆਂ ਜੜਾਂ 'ਚ ਜ਼ਰੂਰ ਬੈਠੂਗਾ ਉਹ ਵੀ ਘੱਟੋ ਘੱਟ 10 ਸਾਲਾਂ ਲਈ ਬੋਲੋ ਤਾਰਾ ਰਾਰਾ ਸਤਿ ਸ਼੍ਰੀ ਅਕਾਲ ਜੀ ਬੜੇ ਬਾਰਬੀਕਿਊ ਚੱਲ ਰਹੇ ਨੇ ਇਹ ਕਾਹਦੀਆਂ ਖੁਸ਼ੀਆਂ ਮਨਾਈ ਜਾ ਰਹੀ ਭੱਲਾ ਸਾਹਿਬ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਆਪਣਾ ਕਲਾਕਾਰ ਭਰਾ ਸੀਐਮ ਬਣਿਆ ਖੁਸ਼ੀਆਂ ਨਹੀਂ ਮਨਾਵਾਂਗੇ ਤਾਂ ਹੋਰ ਕੀ ਕਰਾਂਗੇ ਇਹ ਭਰਾ ਭਗਵੰਤੀ ਇਲੈਕਸ਼ਨ ਕੰਪੇਨ ਤੇ ਤੱਕ ਦਿਖਿਆ ਨਹੀਂ ਭੱਲਾ ਕੱਲੇ ਭਗਵੰਤ ਦਾ ਨਹੀਂ ਹੈ ਉਹ ਸਰਬੱਤ ਦਾ ਭੱਲਾ ਤਾਂ ਹੀ ਤਾਂ ਸਾਰੀਆਂ ਪਾਰਟੀਆਂ ਨੂੰ ਪਿਆਰ ਕਰਦਾ ਉਹ ਜੇ ਪਿਆਰ ਸਾਰਿਆਂ ਨੂੰ ਕਰਦਾ ਤਾਂ ਜੋਂ ਕੱਲੇ ਵੀਰ ਸੁਖਵੀਰ ਦੇ ਕੋਲ ਟੰਗੇ ਸੀ ਇਹ ਪਿਆਰ ਚੰਨੀ ਸਾਹਿਬ ਨੂੰ ਕਿਉਂ ਨਹੀਂ ਦਿਖਾਇਆ ਜਿਹੜੀ ਮੈਂ ਉੱਪਰ ਲੋਈ ਲਈ ਸੀ ਉਹ ਕਿਹਦੀ ਸੀ ਚੰਨੀ ਸਾਹਿਬ ਦੀ ਸੀ ਨਾਲੇ ਚੁੰਡੀ ਪਹਿਲਾਂ ਆਪਣਿਆਂ ਦੇ ਵੱਢੀ ਜਾਂਦੀ ਆ ਫਿਰ ਕੋਈ ਦੂਜਾ ਸਾ ਹਾਰਦਾ ਆਪਾਂ ਮਗਰੇ ਫੋਨ ਚੰਨੀ ਸਾਹਿਬ ਨੂੰ ਲਾ ਲਏ ਮੈਂ ਕਿਹਾ ਚੰਨੀ ਸਾਹਿਬ ਫਿਰ ਮਾਸਟਰ ਮਹਿੰਦਰ ਸਿੰਘ ਜੀ ਦੇ ਫਰਜ਼ੰਦ ਨੇ ਪੋਚਤੀ ਨਾ ਫੱਟੀ ਕਹਿੰਦੇ ਕਿਆ ਗੱਲ ਕਰਦੇ ਸਾਨੂੰ ਤਾਂ 100% ਪਤਾ ਸੀ ਕਿ ਸਾਡੀ ਫੱਟੀ ਪੋਚੀ ਜਾਣੀ ਹੈ ਭਗਵੰਤ ਨਾ ਪੋਚਦਾ ਤੇ ਸਿੱਧੂ ਸਾਹਿਬ ਨੇ ਪੋਚ ਦੇਣੀ ਸੀ ਕੋਕੋ ਤਾਲੀ ਫੱਟੀ ਪੂਰੀ ਨਹੀਂ ਪੋਚੇਗੀ 18 ਅੱਖਰ ਬਚ ਗਏ ਸ਼ਰਮਾ ਜੀ ਜਦੋਂ ਬਾਗ ਉੱਜੜਦਾ ਨਾ ਫਿਰ ਇੰਨੇ ਕੰਮ ਤਾਂ ਪੱਤਿਆਂ ਥੱਲੇ ਲੁਕੇ ਰਹਿ ਹੀ ਜਾਂਦੇ ਆ ਐਵੇਂ ਥੋੜਾ ਰਾਜੇ ਰਾਣੇ ਹਿੱਕ ਕੱਢ ਕੇ ਤੁਰੇ ਫਿਰਦੇ ਆ ਇਹ ਰਾਜੇ ਰਾਣੇ ਕੌਣ ਹੋਏ ਰਾਜਾ ਵੜਿੰਗ ਰਾਣਾ ਗੁਰਜੀਤ ਰੰਧਾਵਾ ਸੁਖੀ ਮੈਂ ਚੰਨੀ ਸਾਹਿਬ ਨੂੰ ਪੁੱਛਿਆ ਇਹ ਤਿੰਨੇ ਜਿੱਤ ਗਏ ਇਹ ਕਿਵੇਂ ਜਿੱਤ ਗਏ ਕਹਿੰਦੇ ਇਹ ਤਾਂ ਜਿੱਤ ਗਏ ਇਹਨਾਂ ਦੀ ਇਲੈਕਸ਼ਨ ਕੰਪੇਨ ਤੇ ਸਿੱਧੂ ਸਾਹਿਬ ਨਹੀਂ ਆਏ ਮੈਂ ਕਿਹਾ ਸ਼ਾਬਾਸ਼ ਹੁਣ ਭਾਂਡਾ ਇੱਕ ਦੂਜੇ ਤੇ ਭੰਨੀ ਗਿਆ ਫਿਰ ਕੈਪਟਨ ਸਾਹਿਬ ਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਤਾਂ ਤੁਹਾਡੀ ਪੁਰਾਣੀ ਆੜੀ ਆ ਸ਼ਰਮਾ ਜੀ ਲਾਇਆ ਫੋਨ ਕਿਉਂ ਨਹੀਂ ਲਾਇਆ ਪਰ ਕੈਪਟਨ ਸਾਹਿਬ ਮਸਤੀ ਚੂਮ ਚੂਮ ਕੇ ਗਾ ਰਹੇ ਸੀ ਬਾਤ ਨਿਕਲੇਗੀ ਤਾਂ ਦੂਰ ਤਲਕ ਜਾਏਗੀ ਮੈਂ ਕਿਹਾ ਤੁਹਾਨੂੰ ਕੋਈ ਚੜੀ ਲੱਥੀ ਦੀ ਹੈ ਤੁਹਾਨੂੰ ਹਾਰਨ ਦਾ ਕੋਈ ਦੁੱਖ ਨਹੀਂ ਕਹਿੰਦੇ ਭੱਲਾ ਸਾਹਿਬ ਦੁੱਖ ਤੇ ਸਾਨੂੰ ਉਦਣ ਦਾ ਜਿੱਦਣ ਦੇ ਸਾਡੇ ਸੱਜਣ ਰਾਵੀਓਂ ਪਾਰ ਗਏ ਹੁਣ ਤਾਂ ਖੁਸ਼ੀ ਦੇ ਪਲ ਨੇ ਮੈਂ ਕਿਹਾ ਉਹ ਕਿਉਂ ਸਿੱਧੂ ਚੰਨੀ ਜੋ ਹਾਰ ਗਏ ਬੋਲੋ ਤਾਰਾ ਰਾਰਾ ਹਾਏ 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 ਯਾਰ ਮੈਂ ਕਹਿੰਦਾ ਚੰਨੀ ਇਹ ਬੱਕਰੀ ਵਾਲਾ ਸੀਐਮ ਐ ਪੂਰੀ ਦੁਨੀਆ ਦੇ ਵਿੱਚ ਗੱਲ ਵਾਕਈ ਮਸ਼ਹੂਰ ਹੈ ਕਿ ਪੰਜਾਬੀਆਂ ਨੂੰ ਕੋਈ ਗੱਲ ਲੱਭਣੀ ਚਾਹੀਦੀ ਹੈ ਬਸ ਯਾਰ ਮੈਂ ਕਹਿੰਦਾ ਕਿ ਫਿਰ ਗੱਲਾਂ ਸੁਣਾਉਣ ਦਾ ਐਸਾ ਅੰਦਾਜ਼ ਵਾਕਈ ਹੀ ਮੈਂ ਕਹਿੰਦਾ ਅੱਛਾ ਜਦੋਂ ਦਾ ਸੀਐਮ ਭਗਵੰਤ ਮਾਨ ਬਣਿਆ ਵੈ ਜਦੋਂ ਦਾ ਬਣਿਆ ਵੈ ਉਸ ਤੋਂ ਪਹਿਲੇ ਵੀ ਲੋਕਾਂ ਨੂੰ ਭਗਵੰਤ ਮਾਨ ਹਸਾਉਂਦਾ ਸੀਗਾ ਜਿੱਥੇ ਜਾਂਦਾ ਸੀਗਾ ਕਾਮਯਾਬੀ ਹੁੰਦੀ ਸੀ ਅਤੇ ਲੋਕਾਂ ਨੂੰ ਹਸਾ ਕੇ ਹੀ ਹੁੰਦਾ ਸੀਗਾ ਰੁਲਾ ਕੇ ਨਹੀਂ ਸੀ ਹੁੰਦਾ ਅਤੇ ਜਦੋਂ ਦਾ ਸੀਐਮ ਬਣਿਆ ਨਾ ਇਹਨੇ ਆਵਾਮ ਨੂੰ ਹਸਾ ਦਿੱਤਾ ਵੈ ਮਤਲਬ ਕਿ ਸੀਐਮ ਬਣਨ ਤੋਂ ਬਾਅਦ ਵੀ ਐਸਾ ਲੋਕਾਂ ਨੂੰ ਹਸਾਇਆ ਅਤੇ ਰਵਾਉਣ ਵਾਲਿਆਂ ਨੂੰ ਐਸਾ ਰਵਾਇਆ ਵੈ ਕਿ ਹਜੇ ਤੱਕ ਰੋ ਨਹੀਂ ਦੇ ਯਾਰ ਬਾਕੀ ਵੀਡੀਓ ਮੈਨੂੰ ਤਾਂ ਬੜੀ ਹੀ ਜ਼ਿਆਦਾ ਫਣੀ ਲੱਗੀ ਖਾਸ ਤੌਰ 'ਤੇ ਉਹ ਜਿਹੜਾ ਕਲਿੱਪ ਮੈਨੂੰ ਬੜਾ ਜ਼ਿਆਦਾ ਫਣੀ ਲੱਗਾ ਜਿਹਦੇ ਵਿੱਚ ਕਹਿੰਦਾ ਵੈ ਕਿ ਮੇਰੇ ਸੈੱਲ ਘੱਟ ਗਏ ਹੈ ਉਹਨੂੰ ਕਹਿੰਦਾ ਤੂੰ ਬੱਕਰੀ ਦਾ ਦੁੱਧ ਪੀਣਾ ਸੀਗਾ ਉਹ ਕਹਿੰਦਾ ਯਾਰ ਮੈਂ ਹਰ ਪਾਸੇ ਫਿਰਿਆ ਮੈਨੂੰ ਕਿਤੇ ਪਾਸੇ ਬੱਕਰੀ ਦਾ ਦੁੱਧ ਨਹੀਂ ਉਹਨੂੰ ਕਹਿੰਦਾ ਤਾਂ ਤੂੰ ਚੰਨੀ ਕੋਲ ਜਾਣਾ ਸੀਗਾ ਉਹ ਕਹਿੰਦਾ ਮੈਂ ਚੰਨੀ ਦਾ ਬੂਹਾ ਖੜਕਾਇਆ ਦੁੱਧ ਉਹਦੇ ਕੋਲ ਵੀ ਕੋਈ ਨਹੀਂ ਉਹ ਕਹਿੰਦੇ ਆ ਕਿ ਉਹਦੇ 'ਤੇ ਆਪਣੇ ਸੈੱਲ ਘਟੇ ਆ ਅੱਛਾ ਮੈਂ ਉਹ ਅੰਦਾਜ਼ ਵਿੱਚ ਮੈਂ ਨਹੀਂ ਸੁਣਾ ਸਕਦਾ ਲੇਕਿਨ ਜਿਹੜੇ ਅੰਦਾਜ਼ ਦੇ ਵਿੱਚ ਆਪਾਂ ਇਸ ਵੀਡੀਓ ਨੂੰ ਦੇਖਿਆ ਵੈ ਯਾਰ ਇੱਕ ਗੱਲ ਮੈਂ ਕਹਾਂਗਾ ਇੱਕ ਗੱਲ ਮੈਂ ਕਹਾਂ ਕਿ ਐਸਾ ਟੈਲੈਂਟ ਕਮਾਲ ਦਾ ਐਸੀ ਚੀਜ਼ ਯਾਰ ਪੂਰੀ ਦੁਨੀਆ ਦੇ ਵਿੱਚ ਕਿਤੇ ਇੱਦਾਂ ਦਾ ਟੈਲੈਂਟ ਇੱਦਾਂ ਦੀ ਚੀਜ਼ ਕਿਤੇ ਪਾਸੇ ਮਿਲਦੀ ਨਹੀਂ ਹੈ ਬਸ ਬਾਕੀ ਇਹ ਗੱਲ ਵਾਕਈ ਹੀ ਪੂਰੀ ਦੁਨੀਆ ਦੇ ਵਿੱਚ ਵਾਕਈ ਮਸ਼ਹੂਰ ਹੈ ਕਿ ਪੰਜਾਬੀਆਂ ਨੂੰ ਕੋਈ ਗੱਲ ਲੱਭਣੀ ਚਾਹੀਦੀ ਹੈ ਕੋਈ ਹੱਸਣ ਵਾਸਤੇ ਇਹ ਇਹਨਾਂ ਦਾ ਜਿੱਡਾ ਮਰਜ਼ੀ ਨੁਕਸਾਨ ਹੋ ਜਾਵੇ ਇਹ ਨਹੀਂ ਰੋਂਦੇ ਇਹਨਾਂ ਦੇ ਬੜੇ ਬੜੇ ਵੱਡੇ ਦਿਲ ਹੈ ਯਾਰ ਬਸ ਬਾਕੀ ਵੀਡੀਓ ਮੈਨੂੰ ਤਾਂ ਬੜੀ ਹੀ ਜ਼ਿਆਦਾ ਇੰਟਰਸਟਿੰਗ ਲੱਗੀ ਬੜੀ ਹੀ ਜ਼ਿਆਦਾ ਫਨੀ ਸੀ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਾਂਗਾ ਮੈਂ ਸਿਰਫ ਅਰਦਾਸ ਕਰਾਂਗਾ ਨਵੇਂ ਸੀਐਮ ਵਾਸਤੇ ਕਿ ਇਹ ਨਵਾਂ ਸੀਐਮ ਆਇਆ ਵੈ
ਇਹ ਕੁਛ ਅੱਛਾ ਜਿੱਦਾਂ ਲੋਕਾਂ ਦੀ ਉਮੀਦ ਹੈ ਅਤੇ ਉੱਦਾਂ ਲੋਕਾਂ ਵਾਸਤੇ ਕੋਈ ਅੱਛਾ ਹੀ ਕੰਮ ਕਰੇ ਬਸ ਜੋ ਮੈਂ ਆਪਣੀ ਮੁਸਲਮਾਨੀ ਦੀ ਨਜ਼ਰ ਵਿੱਚ ਜੋ ਮੈਂ ਸਮਝ ਰਿਹਾ ਸੀ ਉਹ ਮੈਂ ਤੁਹਾਨੂੰ ਦੱਸ ਦਿੱਤਾ ਬਾਕੀ ਤੁਹਾਡਾ ਹੀ ਖਿਆਲ ਆ ਤੁਹਾਡੀ ਕੀ ਰਾਏ ਹੈ ਤੁਸੀਂ ਤਾਂ ਕਮੈਂਟ ਬੋਕਸ ਵਿੱਚ ਲਾਜ਼ਮੀ ਦੱਸੋ ਇਸ ਚਾਹੀਦੀ ਵੀਡੀਓ ਮਿਲਾਂਗਾ ਤੁਹਾਨੂੰ ਅਗਲੀ ਵੀਡੀਓ ਵਾਸਤੇ ਜ਼ਿਆਦਾ ਚਾਹੁੰਦੇ ਹਾਂ ਅੱਲਾਹ ਹਾਫਿਜ਼।